ਕੁੱਟਣੀ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ ਦੇ ਉੱਲੇ ਅੱਜ ਕੀ ਆ ਚੱਲ ਰਿਹਾ ਬਾਲੀਵੁੱਡ ਦਾਦਾ ਹਾਜ਼ਰ ਲੈ ਕੇ ਬਾਲੀਵੁੱਡ ਫਿਲਮੀ ਗੱਪਸ਼ਪ ਔਰ ਇਹ ਸੱਸ ਨੂੰ ਵਾਲਾ ਕਿੱਸਾ ਅੱਜ ਕੱਲ੍ਹ ਬੜਾ ਫੇਮਸ ਹੋਣ ਡਿਆ ਬੜੀ ਚਰਚਾ ਦਾ ਵਿਸ਼ਾ ਬਣਾਈ ਬੈਠਾ ਇਹ ਸੱਸ ਨੂੰ ਵਾਲਾ ਕਿੱਸਾ ਦਰਅਸਲ ਸੱਸ ਨੂੰ ਦੀ ਫਿਲਮ ਆਉਣ ਡਈ ਹੈ ਨੀ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ ਦੇ ਉੱਲੇ ਵੈਸੇ ਕਹਿੰਦੇ ਨੇ ਕਿ ਸੱਸ ਦੇ ਵਿੱਚ ਦੋ ਸੱਸੇ ਹੁੰਦੇ ਨੇ ਇਸ ਲਈ ਸੱਪ ਤਾਂ ਵੈਸੇ ਜ਼ਹਿਰੀਲਾ ਹੁੰਦਾ ਪਰ ਉਹਦੇ 'ਚ ਇੱਕ ਸੱਸਾ ਹੁੰਦਾ ਇਸ ਲਈ ਸੱਸ ਜਿਹੜੀ ਜ਼ਿਆਦਾ ਜ਼ਹਿਰੀਲੀ ਕਿਉਂਕਿ ਇਹਦੇ 'ਚ ਦੋ ਸੱਸੇ ਹੁੰਦੇ ਇਹ ਗੱਲਾਂ ਤੁਸੀਂ ਆਪਣੇ ਇਰਦ ਗਿਰਦ ਬੜੀਆਂ ਸੁਣੀਆਂ ਹੋਣਗੀਆਂ ਸਾਡੇ ਇਤਿਹਾਸਕਾਰਾਂ ਨੇ ਸਾਡੇ ਜਿਹੜੇ ਫੋਕ ਲਿਖਣ ਵਾਲੇ ਲੋਕ ਨੇ ਔਰ ਸਾਡੇ ਜਿਹੜੇ ਬਜ਼ੁਰਗ ਨੇ ਉਹ ਇੱਦਾਂ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਔਰ ਅਸੀਂ ਉਹਨਾਂ ਕੋਲੋਂ ਬੜੀਆਂ ਚੀਜ਼ਾਂ ਸੁਣੀਆਂ ਨੇ ਔਰ ਇਹ ਸਾਡੇ ਫੋਕ ਦਾ ਹਿੱਸਾ ਇਹ ਬੋਲੀ ਇੱਕ ਨੀ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ ਦੇ ਓਹਲੇ ਪਰ ਹੁਣ ਇਹ ਸਾਰੀਆਂ ਚੀਜ਼ਾਂ ਇੱਕ ਫਿਲਮ ਦੇ ਵਿੱਚ ਪਰੋ ਕੇ ਸਾਨੂੰ ਵੇਖਣ ਨੂੰ ਮਿਲਣ ਵਾਲੀਆਂ ਨੇ ਨੀ ਮੈਂ ਸੱਸ ਕੁੱਟਣੀ ਇਹ ਫਿਲਮ ਆਉਣ ਡਈ ਹੈ ਪਰ ਇੱਕ ਲੇਡੀ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਇੱਕ ਲੇਡੀ ਦੇ ਅਹਿਮ ਨੂੰ ਲੇਡੀ ਨਹੀਂ ਇੱਕ ਸੱਸ ਦੇ ਅਹਿਮ ਨੂੰ ਠੇਸ ਪਹੁੰਚੀ ਇਸ ਲਈ ਇਸ ਫਿਲਮ ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਲੱਗਣ ਡਿਆ ਕਿ ਉਹਦੇ ਨਾਲ ਬੜੀ ਬਿਮਾਰੀ ਹੋਈ ਜ਼ਿੰਦਗੀ ਦੇ ਵਿੱਚ ਇਸ ਲਈ ਉਹਨਾਂ ਨੇ ਇਸ ਫਿਲਮ ਦੇ ਉੱਤੇ ਬੈਨ ਲਾਉਣ ਦੀ ਚਰਚਾ ਉਠਾ ਦਿੱਤੀ ਹੈ ਔਰ ਉਹਨਾਂ ਨੇ ਫਿਲਮ ਦੇ ਪ੍ਰੋਡਿਊਸਰ ਡਾਇਰੈਕਟਰ ਸਭ ਨੂੰ ਆਪਣੇ ਆਫਿਸ ਦੇ ਵਿੱਚ ਬੁਲਾਇਆ ਮੈਂ ਗੱਲ ਕਰਨ ਡਿਆ ਮਾਣਯੋਗ ਪੰਜਾਬ ਮਹਿਲਾ ਕਮਿਸ਼ਨਰ ਮਨੀਸ਼ਾ ਗੁਲਾਟੀ ਜੀ ਦੀ ਉਹਨਾਂ ਨੇ ਫਿਲਮ ਦੇ ਪ੍ਰੋਡਿਊਸਰ ਡਾਇਰੈਕਟਰ ਨੂੰ ਆਪਣੇ ਕੋਲ ਬੁਲਾਇਆ ਖਾਸ ਕਰਕੇ ਨੋਟਿਸ ਜਾਰੀ ਕੀਤਾ ਗਿਆ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਕਿ ਇਹ ਜਿਹੜੀ ਫਿਲਮ ਹੈ ਇਹ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਡਈ ਹੈ ਮੇਰੇ ਹਿਸਾਬ ਨਾਲ ਔਰਤਾਂ ਦੇ ਸਨਮਾਨ ਨੂੰ ਠੇਸ ਨਹੀਂ ਪਹੁੰਚਾਉਣ ਲਈ ਇਹ ਮਨੀਸ਼ਾ ਗੁਲਾਟੀ ਜੀ ਦੇ ਸਨਮਾਨ ਨੂੰ ਠੇਸ ਪਹੁੰਚਣ ਡਈ ਹੈ ਮੈਨੂੰ ਲੱਗਦਾ ਸੱਸ ਨੂੰ ਵਾਲੇ ਕਿੱਸੇ ਦੇ ਵਿੱਚ ਉਹਨਾਂ ਨਾਲ ਕੁਝ ਜ਼ਾਤੀ ਹੋਈ ਹੈ ਇਸ ਲਈ ਇਸ ਕਿੱਸੇ ਦੇ ਨਾਲ ਉਹਨਾਂ ਦਾ ਪਰਸਨਲ ਰਿਲੇਸ਼ਨ ਲੱਗਦਾ ਇਸ ਲਈ ਸਿਰਫ ਨਾਮ ਸੁਣ ਕੇ ਨੀ ਮੈਂ ਸੱਸ ਕੁੱਟਣੀ ਖੋਰੇ ਉਹਨਾਂ ਨੇ ਪੰਜਾਬ ਦੀ ਉਹ ਬੋਲੀ ਸੁਣੀ ਨੀ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ ਦੇ ਓਹਲੇ ਹੈ ਕਿ ਨਹੀਂ ਜੇਕਰ ਤੁਸੀਂ ਆਪਣੇ ਪੰਜਾਬ ਦੇ ਵਿੱਚ ਰਹਿੰਦੇ ਹੋ ਪੰਜਾਬ ਨਾਲ ਵਾਹ ਵਾਸਤਾ ਤੁਹਾਡਾ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹੋ ਪੰਜਾਬ ਦੀਆਂ ਗੱਲਾਂ ਕਰਦੇ ਹੋ ਪੰਜਾਬ ਦੇ ਕਲਚਰ ਨੂੰ ਮਚਾਉਣ ਦੀਆਂ ਗੱਲਾਂ ਕਰਦੇ ਹੋ ਤੇ ਇਹ ਸਾਡੇ ਕਲਚਰ ਦਾ ਹਿੱਸਾ ਹੈ ਸਾਡੇ ਫੋਕ ਦਾ ਹਿੱਸਾ ਜੇਕਰ ਇਹਨਾਂ ਚੀਜ਼ਾਂ ਨੂੰ ਆਪਣੇ ਕੋਲੋਂ ਅਸੀਂ ਖੁਸਣ ਦੇਵਾਂਗੇ ਤਾਂ ਫਿਰ ਉਹ ਬੋਲੀਆਂ ਨੂੰ ਵੀ ਨਾ ਗਾਓ ਨਾ ਸੁਣੋ ਨਾ ਆਪਣੇ ਨਿਆਣੇ ਤੱਕ ਪਹੁੰਚਣ ਦਿਓ ਆਪਣਾ ਪੰਜਾਬੀ ਕਲਚਰ ਸਹੀ ਕਹਿਣ ਡਿਆ ਕਿ ਨਹੀਂ ਜੇਕਰ ਸਹੀ ਕਹਿਣ ਡਿਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਦੱਸ ਸਕਦੇ ਹੋ ਕਿ ਮੈਂ ਯਾਨੀ ਬਾਲੀਵੁੱਡ ਦਾਦਾ ਸਹੀ ਗੱਲਾਂ ਕਰਨ ਡਿਆ ਔਰ ਜੇਕਰ ਨਹੀਂ ਵੀ ਸਹੀ ਲੱਗਣ ਦੀ ਤਾਂ ਵੀ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਖੈਰ ਇਹ ਗੱਲ ਪੱਕੀ ਹੈ ਕਿ ਉਹਨਾਂ ਨੇ ਹਾਲੇ ਫਿਲਹਾਲ ਫਿਲਮ 'ਤੇ ਬੈਨ ਨਹੀਂ ਲਾਇਆ ਪਰ ਬੈਨ ਲਾਉਣ ਦੀ ਰੋਕ ਲਾਉਣ ਦੀ ਗੱਲ ਜਾਂ ਚਰਚਾ ਉਹਨਾਂ ਨੇ ਜ਼ਰੂਰ ਉਠਾਈ ਹੈ ਔਰ ਉਹਨਾਂ ਨੇ ਫਿਲਮ ਦੇ ਪ੍ਰੋਡਿਊਸਰ ਡਾਇਰੈਕਟਰ ਨੂੰ ਆਪਣੇ ਕੋਲ ਬੁਲਾਇਆ ਉਹਨੇ ਕਿਹਾ ਕਿ ਸਪਸ਼ਟੀਕਰਨ ਦਿਓ ਆ ਕੇ ਸਾਨੂੰ ਦੱਸੋ ਕਿ ਇਸ ਫਿਲਮ ਦੇ ਵਿੱਚ ਕੁਝ ਵੀ ਭੜਕਾਊ ਨਹੀਂ ਹੈ ਔਰ ਫਿਲਮ ਦੀ ਪੂਰੀ ਕਹਾਣੀ ਮੈਨੂੰ ਸੁਣਾਓ ਆ ਕੇ ਤਾਂ ਜੋ ਮੈਂ ਡਿਸਾਈਡ ਕਰ ਸਕਾਂ ਕਿ ਇਹ ਫਿਲਮ ਔਰਤਾਂ ਦੇ ਵਿਰੁੱਧ ਹੈ ਕਿ ਔਰਤਾਂ ਦੇ ਫੇਵਰ ਦੇ ਵਿੱਚ ਇਹ ਸਾਰੀਆਂ ਗੱਲਾਂ ਫਿਲਮ ਦੇ ਪ੍ਰੋਡਿਊਸਰ ਡਾਇਰੈਕਟਰ ਪਹੁੰਚਣਗੇ ਮਨੀਸ਼ਾ ਗੁਲਾਟੀ ਜੀ ਕੋਲ ਉਹਨਾਂ ਨੂੰ ਜਾ ਕੇ ਸੁਣਾਉਣਗੇ ਦੱਸਣਗੇ ਤਾਂ ਫਿਰ ਅੱਗੋਂ ਦੇਖਦੇ ਹਾਂ ਕਿ ਫਿਲਮ 'ਚ ਰੋਕ ਲੱਗਦੀ ਹੈ ਜਾਂ ਫਿਰ ਨਹੀਂ ਲੱਗਦੀ ਪਰ ਇੱਕ ਗੱਲ ਹੈਗੀ ਫਿਲਮ ਦਾ ਟ੍ਰੇਲਰ ਵਾ ਕਮਾਲ ਹੈ ਔਰ ਇਹਦੇ ਵਿੱਚ ਵਾਕਈ ਸੱਸ ਨੂੰ ਦੀ ਨੋਕ ਝੋਕ ਵਿਖਾਈ ਗਈ ਹੈ ਔਰ ਕਿਤੇ ਨਾ ਕਿਤੇ ਤੁਸੀਂ ਟ੍ਰੇਲਰ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਕਿ ਕੁਝ ਮੈਸੇਜ ਵਾਲੀਆਂ ਗੱਲਾਂ ਵੀ ਇਸ ਫਿਲਮ ਦੇ ਵਿੱਚ ਦਰਸਾਈਆਂ ਗਈਆਂ ਨੇ ਟ੍ਰੇਲਰ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਜਦੋਂ ਇੱਕ ਨੂੰ ਸੱਸ ਦੀ ਰਿਸਪੈਕਟ ਕਰੇਗੀ ਔਰ ਸੱਸ ਨੂੰ ਦੀ ਕਦਰ ਕਰੇਗੀ ਤਾਂ ਹੀ ਇੱਕ ਮਿਆਨ 'ਚ ਦੋ ਤਲਵਾਰਾਂ ਰਹਿ ਵੀ ਸਕਦਾ ਖੈਰ ਗੱਲ ਕਰਦੇ ਹਾਂ ਅੱਗੇ ਲੋਕਾਂ ਦੀ ਲੋਕਾਂ ਦਾ ਮੈਂ ਕਹਿੰਦਾ ਕੋਈ ਦੀਨ ਮਜ਼ਹਬ ਨਹੀਂ ਹੈਗਾ ਜੇਕਰ ਤੁਸੀਂ ਲਗਾਤਾਰ ਕੰਮ 'ਤੇ ਜਾਂਦੇ ਹੋ ਨਾ ਬੜੇ ਬਿਜ਼ੀ ਰਹਿੰਦੇ ਹੋ ਤਾਂ ਲੋਕ ਤੁਹਾਨੂੰ ਛੱਡਦੇ ਨਹੀਂ ਉਹ ਕਹਿੰਦੇ ਨੇ ਕਿ ਇਹ ਤਾਂ ਬੜਾ ਬਿਜ਼ੀ ਹੈ ਯਾਰ ਇਹ ਤਾਂ ਮਿਲਦਾ ਹੀ ਨਹੀਂ ਇਹਨੂੰ ਤਾਂ ਕੰਮ ਨਾਲ ਹੀ ਪਿਆਰ ਪੈ ਗਿਆ ਆਪਣੇ ਨਾਲ ਤਾਂ ਇਹਨੂੰ ਪਿਆਰ ਹੀ ਹੈ ਨਹੀਂ ਕੰਮ ਨਾਲ ਹੀ ਪਿਆਰ ਆ ਇਹਨੂੰ ਸਾਰਾ ਔਰ ਜੇਕਰ ਤੁਸੀਂ ਲੋਕਾਂ ਨੂੰ ਮਿਲਦੇ ਗਿਲਦੇ ਹੋ ਕੰਮ 'ਤੇ ਘੱਟ ਜਾਂਦੇ ਹੋ ਤਾਂ ਫਿਰ ਲੋਕ ਕਹਿੰਦੇ ਨੇ ਆਹ ਵਿਹਲਾ ਹੀ ਘੁੰਮਦਾ ਰਹਿੰਦਾ ਇਹ ਤਾਂ ਵਿਹਲਾ ਦਿਮਾਗੇ ਦਾ ਸ਼ੈਤਾਨ ਦਾ ਘਰ ਹੈ ਇਹਨੂੰ ਤਾਂ ਕੋਈ ਕੰਮ ਹੀ ਨਹੀਂ ਕਰਨ ਵਾਲਾ ਇੱਦਾਂ ਦੀਆਂ ਗੱਲਾਂ ਲੋਕ ਕਰਦੇ ਨੇ ਮੈਂ ਇਸ ਲਈ ਇਹ ਗੱਲਾਂ ਤੁਹਾਨੂੰ ਦੱਸਣ ਡਿਆ ਕਿਉਂਕਿ ਆਲੀਆ ਭੱਟ ਅਤੇ ਰਣਵੀਰ ਕਪੂਰ ਦੇ ਵਿਆਹ ਹੋਏ ਨੂੰ ਸਿਰਫ 5 ਦਿਨ ਹੋਏ ਨੇ ਪਰ ਆਲੀਆ ਭੱਟ ਆਪਣੀ ਸ਼ੂਟਿੰਗ 'ਤੇ ਨਿਕਲ ਗਈ ਹੈ ਮਹਿੰਦੀ ਉਹਦੀ ਸੋਹਣੀ ਜਿਹੀ ਹੱਥਾਂ 'ਤੇ ਲੱਗੀ ਹੈ ਪਰ ਉਹ ਕੰਮ ਕਰਨ ਦੇ ਲਈ ਸ਼ੂਟਿੰਗ ਲਈ ਰਵਾਨਾ ਹੋਈ ਹੈ ਏਅਰਪੋਰਟ ਤੋਂ ਉੱਥੋਂ ਉਹਨਾਂ ਦੀਆਂ ਤਸਵੀਰਾਂ ਖਿੱਚੀਆਂ ਗਈਆਂ ਨੇ ਔਰ ਬਹੁਤ ਖੂਬਸੂਰਤ ਲੱਗਣ ਡਈ ਔਰ ਵਿਆਹ ਵਾਲੇ ਦਿਨ ਤਾਂ ਖੂਬਸੂਰਤੀ ਮਾਸ਼ਾਅੱਲਾ ਮੈਂ ਕਹਿੰਦਾ ਹਰ ਬੰਦੇ 'ਤੇ ਲਾਜਵਾਬ ਹੁੰਦੀ ਹੈ ਉਹ ਖੂਬਸੂਰਤੀ ਰਣਵੀਰ ਔਰ ਆਲੀਆ 'ਤੇ ਤੁਸੀਂ ਵੇਖ ਸਕਦੇ ਹੋ ਉਹਨਾਂ ਦੀਆਂ ਫੋਟੋਜ਼ ਵੀਡੀਓਜ਼ ਬੜੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਪਰ ਕਈ ਲੋਕ ਆਲੀਆ ਭੱਟ ਦੇ ਇਸ ਸਟੈਪ ਨੂੰ ਗਲਤ ਕਹਿੰਦੇ ਨੇ 5 ਦਿਨ ਹੋਲੇ ਵਿਆਹ ਹੋਏ ਨੂੰ ਹੋਏ ਨੇ ਅਤੇ ਪਹਿਲਾਂ ਕੰਮ ਕਰਨ ਡਿਆ ਪਈ ਇਹਨਾਂ ਦੀਆਂ ਗੱਲਾਂ ਵੀ ਲੋਕ ਕਰਦੇ ਨੇ ਜਿਹੜੇ ਸਾਡੇ ਆਲੇ ਦੁਆਲੇ ਰਹਿੰਦੇ ਨੇ ਕਿਉਂਕਿ ਹੱਥ ਦੀਆਂ 5 ਉਂਗਲਾਂ ਬਰਾਬਰ ਨਹੀਂ ਨਾ ਹੈਗੀਆਂ ਖੈਰ ਅੱਗੇ ਗੱਲ ਕਰਦੇ ਹਾਂ ਦਲਜੀਤ ਦੁਸਾਂਝ ਦੀ ਤਸਦੀਕ ਖੈਰ ਅੱਗੇ ਗੱਲ ਕਰਦੇ ਹਾਂ
खैर जेकर बॉलीवुड दादा की गल्ला तुहानूं चंगीआं लगीआं ने तां तुसीं कमेंट करके मैनूं दस सकदे हो और बॉलीवुड दादा नूं साडे इस शो नूं अपना प्यार इदां ही दिंदे रहो। कल मिलांगा नवीआं गल्लां बातां लैके। टेक केयर।